तो रवाय को वापस ला इथे डाक इथे हुन बना मगरू ए आगा चवा लेंदा पैर आगा टोर मैन पैर चवागा मैन बस 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 ऐ इथे बना खा ले ला इथे बना खा मैन ले ला उठी ला माता मोल माता सुन ठीक जावण दे जावण दे ਦਾ ਬੱਚਾ ਕਿਹੜਾ ਹੈ ਇੱਕ ਮਿੰਟ ਹੋ ਗਿਆ ਬੱਚਾ ਦਾ ਕੱਟਾ अच्छा भैया कितने सुबह में आ जाए दूसरा सुबह पक्की दूसरा सुबह अच्छा कितने दिन सोई हुई है इधर आ नेड़े आ जाना आवाज तेरी आ जाए माई कितना दिन त्रेन दिन सोई हुई अच्छा ते दूध कितना दे रही हूं दूध 20 किलो आधा टाइम आधा टाइम 20 किलो दे रही त्रेन दिन जी भाई अच्छा थल्ले कट्टा ही सो ਯਾਰ ਮੈਨੂੰ ਦੂਆ ਸੂਹੇ ਲੱਗਦੀ ਨਹੀਂ ਪਈ ਖਣੀ ਜੀ ਲੱਗਦੀ ਪੱਕੀ ਦੂਆ ਸੂਹੇ ਪੱਕੀ ਦੂਆ ਸੂਹੇ ਮੈਂ ਭਾਈ ਵੇਖ ਲੈ ਨਹੀਂ ਚਲੋ ਠੀਕ ਹੈ ਤੇ ਦੁੱਧ 18-20 ਲੀਟਰ ਦੇ ਰਹੀ ਹੈ ਸਾਰੀ ਮੁਕੰਮਲ ਚੋਇਆ ਅੱਛਾ ਮੂੰਹ ਬੋਲਿਆ ਕਰਕੇ ਸਿਹਰਾ ਲਾ ਲੈਂਦਾ ਮੈਂ ਨਹੀਂ ਬੋਲਿੰਦਾ ਅੱਛਾ ਇਹਦੀ ਕੀਮਤ ਕਿਤਨੀ ਹੈ ਇਹ ਕੀਮਤ 5.5 ਲੱਖ ਲੈ 5.5 ਲੱਖ ਕੋਈ ਜਾਇਜ਼ ਕਰੋ ਮਾਈ ਤੇ ਲਿਸੀ ਵੀ ਹੈ ਤੇਰੀ ਤਾਂ 5.5 ਲੱਖ ਮੰਗੀ ਖਾ ਜਾਇਜ਼ ਦੱਸ ਕਿਤਨੇ ਨਹੀਂ ਜਿਹੜੇ ਵਾਸਤੇ ਪਿਆਰ ਮੁਹੱਬਤ ਕਾਰ ਖਮਾ ਮੇਰੇ ਵਾਸਤੇ ਕਿਤਨੀ ਤੂੰ 5-10 ਹਜ਼ਾਰ ਕੱਢ ਲੈ ਲੱਖਾਂ 'ਚ 5-10 ਘਟਾਈ ਖਾਣਾ ਮਿਲੋ 30-30, 40-40, 50-50 ਘਟੈਂਦਾ ਤੂੰ 4,000 ਵੀ ਕੱਢ ਦੇ 30 ਲੈ ਜਾ 30 ਘੱਟ ਦੇ 20 ਕੱਢ ਦੇ ਅੱਗੇ 30 ਆਖੇ ਚਲੋ 30 ਕੱਢ ਦੇ ਹੁਣ 20 ਹੋਰ ਛੱਡ ਦੇ 4,000 ਪੂਰੇ 5 ਲੈ ਹੁਣ 20 ਹੋਰ ਛੱਡ ਨਹੀਂ ਹੁਣ ਰੁਪਈਆ ਨਾ ਇਹ ਛੱਡ ਮੈਂ 100 ਵੀ ਨਹੀਂ ਛੱਡਦਾ ਇੱਕ ਦਰਾਕ ਨਿੱਕੀ ਜੀ ਮਾਰ ਖਬਰ ਨਹੀਂ ਮਾਰੂ ਅੱਛਾ ਤੇ ਇਹ ਹੁਣ ਦੁਆ ਜਗ੍ਹਾ ਕਿਹੜੀ ਹੈ ਜੇ ਤੁਸੀਂ ਦੇਣੇ ਕਾੜਾ ਉਹ ਕਾੜੇ ਦੇਣੇ ਪਿੰਡ ਦਾ ਨੰਬਰ ਕੀ ਤੇਰੇ ਦਾ 15-1R ਨਾਂ ਕੀ ਤੇਰੇ ਮੇਰਾ ਨਾਂ ਸਲੀਮ ਸਲੀਮ ਅਤੇ ਹੁਣ ਦੁਆ ਇਹਦੀ ਕੀਮਤ 10-10 5 ਲੱਖ ਰੁਪਏ ਤੂੰ ਮੈਂ ਤਾਂ ਘਾਟ ਕਰ ਥੋੜ੍ਹੀ ਅੱਛਾ 20 ਕਿਲੋ ਦੁੱਧ ਦੇ ਰਹੀ ਹੈ ਅੱਛਾ ਫਿਰ ਤੂੰ ਆਪਦਾ ਨੰਬਰ ਵੀ ਬੋਲ ਚਾ ਕਿ ਤੁਹਾਡੇ ਦੋ 340 ਅੱਛਾ ਜੀ 67-44 ਜੀ 862 ਚਲੋ ਠੀਕ ਹੈ ਦੋਸਤੋ ਤੁਹਾਨੂੰ ਸਮਾਜ ਵਿਖਾਈਏ ਇਸ ਟਾਈਮ ਜੀ ਗੈਂਬਰ ਜੋ ਘਾੜੇ ਦੀ ਜਿਹੜੀ ਮੰਡੀ ਹੈ ਨਾ ਉਹਦੇ ਵਿੱਚ ਖੜੋਤੀ ਹੈ ਬਾਈ ਹੋਰਾਂ ਕੋਲ 20 ਲੀਟਰ ਰੁਪਇਆਂ ਦਾ ਦੁੱਧ ਦੇ ਰਹੀ ਆ ਦਿਨ ਮੌਕਾ ਅਤੇ ਨੰਬਰ ਤੁਹਾਨੂੰ ਦੋਸਤੋ ਬਾਈ ਹੋਰਾਂ ਦੇ ਵਿੱਚ ਬੋਲ ਕੇ ਦੱਸ ਦਿੱਤਾ ਹੈ ਅਤੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਗਰੰਟੀ ਇਹਨਾਂ ਕੋਲ ਲਾਇਕ ਹੈ ਜਾਂ ਅਗਰ ਤੁਸੀਂ ਆਖੋ ਤਾਂ ਮੋੜ ਅਗਰ ਚੁਆਈ ਸ਼ੁਆਈ ਜਾਂ ਇਸ ਤਰ੍ਹਾਂ ਕਰਨਗੇ ਅਤੇ ਦੋਸਤੋ ਪਸੰਦ ਕਰੋ ਨੰਬਰ ਲਿਖਿਆ ਗਿਆ ਸਹੀ ਤੂੰ ਸਹੀ ਬੋਲਿਆ ਆਪ 340 67
67 44 862। चलो ठीक है जी, नंबर तेरा सही है, दस मोड़ सही है। ठीक है दोस्तों, मिलने हैं अगली वीडियो तक, इजाज़त, खुदा हाफिज़।